ਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜੋ ਕਿ ਸਿਮਰਨ ਕੌਰ ਆਈਡੀ ਤੋਂ ਲਿਖੀ ਗਈ ਹੈ। ਇਹਦੇ ਨਾਲ ਹੀ ਇੱਕ ਵੀਡੀਓ ਵੀ ਅਟੈਚ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਕਥਾਵਾਚਕ ਕਲਪਨਾ ਚਾਵੜਾ ਬਾਰੇ ਗੁਰਬਾਣੀ ਦੀਆਂ ਪੰਕਤੀਆਂ ਬੋਲ ਕੇ ਸੁਣਾ ਰਿਹਾ ਹੈ। ਆਓ ਪਹਿਲਾਂ ਪੜ੍ਹਦੇ ਹਾਂ ਪੋਸਟ ਕੀ ਹੈ, ਇਸ ਦੇ ਬਾਅਦ ਵਿੱਚ ਉਹ ਵੀਡੀਓ ਵੇਖਾਂਗੇ। ਲਓ ਜੀ, ਹੁਣ ਤਾਂ ਬਾਣੀ ਦੀਆਂ ਤੁਕਾਂ ਨਾਲ ਨਾਸਾ ਵਾਲਿਆਂ ਨੂੰ ਵੀ ਡਰਾਉਣ ਲੱਗ ਪਏ। ਮਾਤੜ ਨੂੰ ਬਥੇਰਾ ਡਰਾ ਲਿਆ, ਕਹਿੰਦੇ ਹੁਣ ਸਾਇੰਸਦਾਨਾਂ ਨੂੰ ਡਰਾਵਾਂਗੇ। ਵਾਓਏ ਪੁਜਾਰੀਆ, ਸੱਚੀ ਤੇਰੇ ਵਰਗਾ ਬੁੱਝੜ ਕੋਈ ਨਹੀਂ ਹੋ ਸਕਦਾ। ਕਿੰਨੀਆਂ ਕੁੜੀਆਂ ਅੱਜ ਕਲਪਨਾ ਚਾਵਲਾ ਵਰਗੀਆਂ ਬਣਨੀਆਂ ਚਾਹੁੰਦੀਆਂ, ਅਤੇ ਚਾਵਲਾ ਤੋਂ ਬਾਅਦ ਜਾਂ ਪਹਿਲਾਂ ਕਿੰਨੇ ਲੋਕ ਚੰਦ ਉੱਤੇ ਆਪਣੀ ਪੈਡ ਬਣਾ ਆਏ, ਫਿਰ ਉਹ ਕਿੱਦਾਂ ਵਾਪਸ ਆ ਗਏ? ਨੀਲ ਆਰਮਸਟਰੋਂਗ ਨੇ 20 ਜੁਲਾਈ 1969 ਨੂੰ ਚੰਦ ਉੱਤੇ ਆਪਣਾ ਪਹਿਲਾ ਪੈਰ ਰੱਖ ਦਿੱਤਾ ਸੀ ਅਤੇ ਉਹ ਸਹੀ ਸਲਾਮਤ ਵਾਪਸ ਆਇਆ ਸੀ। ਕਿਉਂ ਪਾਤਸ਼ਾਹਾਂ ਦੀ ਬਾਣੀ ਨੂੰ ਵਰਤ ਕੇ ਉਹਨਾਂ ਨੂੰ ਝੂਠਾ ਸਾਬਤ ਕਰਨ ਲੱਗੇ ਹੋ? ਜੇਕਰ ਪਾਤਸ਼ਾਹਾਂ ਨਾਲ ਮਾੜਾ ਮੋਟਾ ਵੀ ਪਿਆਰ ਹੈ ਤਾਂ ਉਹਨਾਂ ਦੀ ਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਬੁੱਧੂ ਨਾ ਬਣਾਓ। ਕਹਾਵਤ ਚੇਤੇ ਆ ਗਈ ਕਿ ਹੱਥ ਨਾ ਅੱਪੜੇ ਥੂ ਕੌੜੀ। ਸਿਮਰਨ ਕੌਰ। ਇਹ ਪੋਸਟ ਸਿਮਰਨ ਕੌਰ ਵੱਲੋਂ ਲਿਖੀ ਗਈ ਹੈ। ਆਓ ਹੁਣ ਆਪਾਂ ਵੇਖਦੇ ਹਾਂ ਉਹ ਵੀਡੀਓ ਜੋ ਇਹਨਾਂ ਨੇ ਪੋਸਟ ਕੀਤੀ ਗਈ ਹੈ। ਤੁਹਾਨੂੰ ਇਸ ਦੇ ਸੰਬੰਧ ਵਿੱਚ ਕੀ ਵਿਚਾਰ ਨੇ, ਉਹ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨੇ ਜੀ। ਧੰਨਵਾਦ। ਨਾ ਵਿਸਰ ਗਿਆ ਕੋਈ ਚਾਵਲਾ ਨਾਮ ਦੀ ਕੋਈ ਮਾਈ ਸੀ ਜਿਹੜੀ ਆਕਾਸ਼ 'ਚ ਖੋਜ ਕਰਨ ਗਈ। ਉਹ ਕਹਿੰਦੇ ਜੀ ਅਸੀਂ ਕੁਦਰਤ ਦਾ ਬਹੁਤ ਵੱਡਾ ਰਹੱਸ ਸਮਝ ਲਿਆ, ਕਹਿੰਦੇ ਆ ਕੇ ਦੱਸਾਂਗੇ। ਉਹ ਥੱਲੇ ਪਹੁੰਚੇ ਹੀ ਨਹੀਂ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਪਰਮੇਸ਼ਰ ਦੀ ਕੁਦਰਤ ਦਾ ਅੰਤ ਅਗਰ ਕੋਈ ਪਾਉਣ ਵੀ ਗਿਆ ਤੇ ਉਹ ਆਪਣਾ ਅੰਤ ਗਵਾਵੇ।